ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਜਣੇ ਵਧੀਆ ਹੋਗੇ, ਨਵੀਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ, ਰੈਡੀ ਹੋ ਗਏ ਵੀ ਆਪਾਂ ਰੋਟੀ ਖਾਣੀ ਆ, ਰੋਟੀ ਖਾ ਕੇ ਕੰਮ ਨਿਕਲ ਜਾਣਾ, ਕੰਮ ਸ਼ਾਇਦ ਆਪਾਂ ਨੇ ਨਾਲਾਗੜ ਜਾਣਾ, ਉਹ ਬਾਈ ਨੂੰ ਪੁੱਛ ਲੈਂਦੇ ਫੋਨ ਕਰਕੇ ਕਿੱਧਰ ਜਾਣਾ ਕੰਮ ਨੂੰ, ਤੇ ਕਰਨੇ ਜਾਣਾ ਨੀ ਅੱਜ ਸ਼ਾਇਦ, ਉਹ ਛੁੱਟੀ ਪਰ ਆ ਤੇ ਮਹਿਰ ਵਿੱਕੀ ਜਾਊਂਗੇ, ਤੇ ਉੱਧਰ ਤੇ ਬਾਈ ਦਾ ਹੀ ਹੋਊਗੇ ਸ਼ਾਇਦ, ਤੇ ਜਿਹੜਾ ਵਿਕਣ ਵਾਲਾ ਕੰਮ ਤਾਂ ਉਹ ਤਾਂ ਆਪਾਂ ਫਾਈਨਲ ਕਰਿਆ ਤੇ ਬਸ ਸਮਾਨ ਰਹਿ ਗਿਆ ਉੱਥੇ, ਸਮਾਨ ਬਾਈ ਚੱਕ ਲਿਆਊਂਗਾ। ਕਨੌਲੀ ਵਾਲਾ ਕੰਮ ਦਾ ਕੁਝ ਪਤਾ ਨਹੀਂ ਹੈਗਾ ਕਦ ਲਾਉਣਾ ਬਾਈ ਨੇ, ਸ਼ਾਇਦ ਪਹਿਲਾਂ ਨਾਲਾਗੜ ਕਰਾਊਂਗਾ ਕੰਮ ਕੁੰਮ ਜਾਂ 10-12 ਦਿਨ ਉੱਥੇ ਲਵਾਊਂਗਾ, ਉਹ ਤੋਂ ਬਾਅਦ ਸ਼ਾਇਦ ਕਰੂੰਗਾ ਕਨੌਲੀ ਕੰਮ ਉਹ। ਚਲੋ ਜਿਵੇਂ ਵੀ ਹੁੰਦਾ ਦੇਖ ਲੈਂਦੇ ਆ, ਬਾਕੀ ਰੋਟੀ ਖਾਂਦੇ ਆ, ਕੰਪਰ ਚੱਲਦੇ ਆ, ਤੇ ਕੰਪਰ ਜਾ ਕੇ ਮਿਲਦੇ ਆ, ਉਹ ਤੋਂ ਪਹਿਲਾਂ ਬਾਈ ਨੂੰ ਪੁੱਛਣਗੇ ਫੋਨ ਕਰਕੇ ਕਿੱਧਰ ਜਾਣਾ, ਉਹ ਤੋਂ ਬਾਅਦ ਫਿਰ ਕੰਪਰ ਲੰਘ ਜੂਗੇ ਜਿੱਧਰ ਜਾਣਾ ਹੋਇਆ, ਉਹ ਦੂਆ ਸਿਸਟਮ ਕਰਨਾ ਹੋਣਾ ਝੀਰੀ ਵਾਲਾ, ਹੈ ਨਾ, ਉਹ ਦੇਖੋ ਡਿਜ਼ਾਈਨ ਪਾਇਆ ਜਿਹੜਾ ਸਾਹਮਣੇ ਖਰਾਬ ਕਰਤਾ ਸਾਰਾ। ਹਾਂ ਕਿੱਥੇ ਲੱਗੇ ਹੋ ਦਲਾਨ ਕੱਲ ਤੁਸੀਂ? ਹਾਂ ਇੱਧਰ ਵਾਲੀਆਂ ਗੱਬੇ ਤੇ ਇੱਦਾਂ ਹੀ ਰਹਿਣਾ, ਇਹ ਵੱਢਣੀ ਆਪਾਂ ਤਾਂ ਕਿਆ ਕਰਨਾ, ਜਿੱਦਾਂ ਕਰੀਏ ਮੈਂ। ਅੱਛਾ ਬ ਕਿੰਨਾ ਕੁ ਰਹਿ ਗਿਆ ਹੁਣ, ਆਹੀ ਰਹਿ ਗਈਆਂ ਵੱਟੀਆਂ ਵੱਟੀਆਂ ਆ ਰਹੇ ਜੋ ਤਾਰਾਂ ਲੜ ਰਹੇ ਵੀਰੇ। ਹਾਂ ਹੋਰ ਕੀ ਰਹਿ ਗਿਆ, ਬਾਕੀ ਆ ਪਿੰਜਰ ਕਵਰ ਨੂੰ ਕਿੰਨੇ ਆ ਵਲੇ, ਬਾਕੀ ਆ ਜਿਹੜਾ ਡਿਜ਼ਾਈਨ ਜੂਨ ਬਣਨਾ ਤੁਹਾਨੂੰ ਕਿਆ ਕਿਆ ਬਣਨਾ ਯਾਰ, ਆ ਫਰੇਮ ਫਰੇਮ ਦਾ ਵੀ ਇਹ ਡਿਜ਼ਾਈਨ ਜੂਨ ਬਣਾ, ਪਤਾ ਨਹੀਂ ਬਾਈ ਨੇ ਕਿੱਥੇ ਬਣਾਉਣਾ ਹੋਵੇ, ਕੰਨਾ ਕੋਲ ਉੱਥੇ ਬਣੂਗਾ ਮਲਾ ਦਾ ਸਾਈਡ ਪਰ। ਟੈਲਾਂ ਦੇ ਬਣਾਏ ਸਾਰੇ ਹੈ, ਉਰੇ ਵਾਕ ਰੋਟੀ ਖਾਂਦੇ ਤੁਸੀਂ? ਵਧੀਆ ਮੌਜਾਂ ਲੱਗੀਆਂ ਸਾਰਿਆਂ ਦੀਆਂ, ਬਹੁਤ ਚੇਂਜ ਕਰਤਾ ਨਾ, ਜ਼ਰਾ ਕਿੰਨੀ ਮਿਹਨਤ ਖਰਾਬ ਹੋਈ ਹੈ ਨਾ, ਸਾਰੇ ਪੱਲੇ ਪੁੱਲੇ ਲਾਏ ਜਿਹੜੇ ਆਪਾਂ ਨੇ ਸਾਰੇ ਪੜਤੇ ਨੇ, ਜਗਾਠਾ ਜਗੂਠਾ ਨਾ ਬਹੁਤ ਬੋਰਡ ਖਰਾਬ ਕਰੇ ਇਹਨਾਂ ਨੇ, ਪਰ ਖੁੱਲ੍ਹਾ ਹੀ ਹੁੰਦਾ ਸਾਰਾ, ਟੈਲ ਵੀ ਚੇਂਜ ਕਰੀ ਹੈ ਨਾ ਬਾਹਰ ਵਾਲੀ, ਅੰਦਰ ਤਾਂ ਦੂਈ ਉਹ ਹੈ ਨਾ, ਉਹ ਤਾਂ ਮੈਟ ਮੂਟ ਵਿਛਾਉਂਗੇ ਕੋਈ ਹੈ ਨਾ, ਬਹੁਤ ਧਾਮ ਜਾਮ ਕਰਤਾ ਇਹਨੇ, ਇਹਦੇ 'ਚ ਉਹ ਕਰੂੰਗੇ ਕੋਈ ਸੀਸਾ ਪਾਉਂਗੇ ਕਿਆ ਕਰੂੰਗੇ, ਲੈਟਰ ਲੁਟਰ ਲਾਉਂਗੇ, ਫੁਹਾਰਾ ਚੱਲੂੰਗਾ ਇਹਦੇ 'ਚ ਮਤਲਬ ਦੀ, ਹੈ ਨਾ, ਆ ਤਾਂ ਹੀ ਪਾਣੀ ਵਾਲਾ ਉਹ ਛੱਡਿਆ ਵਾ ਨਾ, ਪੈਸਾ ਉਹ ਤਾਂ ਇਤਨਾ ਹੈ ਜਿਹੜਾ ਫਟਫਟਾਈ ਕਰਾਈ ਜਾਵੇ ਉਹਨੂੰ, ਇਹ ਬੰਦੇ ਨੂੰ ਪਹਿਲਾਂ ਹੀ ਡਿਸਾਈਡ ਕਰਨਾ ਚਾਹੀਦਾ ਨਾ ਵੀ ਇਹਦੇ ਕਿਆ ਕਰਨਾ ਕਿਆ ਨਹੀਂ ਕਰਨਾ। ਕਿੱਧਰ ਗਿਆ ਆਹ ਵਾਲਾ ਕੰਮ ਚੱਲਣਾ ਆਪਣਾ ਬੋੜੀ ਦਾ, ਆਹ ਟੱਕ ਜਿਹਾ ਕੱਢ ਕੇ ਰੱਖੇ ਬਾਈ ਨੇ ਬੋਰਡ, ਇਹ ਵੱਢ ਹੋਣੇ ਥੱਲੇ ਦੇ, ਇੱਧਰਲੀ ਸਾਈਡ ਵੱਢ ਹੋਣੀ ਦੀ, ਥੱਲੇ ਆਉਂਦਾ ਨਹੀਂ ਨਾ, ਥੱਲੇ ਲੱਗਦਾ ਉਹ ਫਸਦਾ ਹੈ, ਉਹ ਪਤਾ ਨਹੀਂ ਸਾਈਡ ਦਾ ਇੱਕ ਹੋਰ ਵਾਲੀ ਸਾਈਡ ਦਾ, ਇਹ 'ਚ ਸੀਸਾ ਪੈਣਾ, ਬਾਕੀ ਜਿਹੜੇ ਆਹ ਸਟੈਪ ਜਿਹੇ ਇਹ ਵੀ ਕਵਰ ਕਰਨੇ ਆਹ ਵਾਲੇ, ਇਹਦੇ ਵੀ ਬੋਰਡ ਜਿਹਾ ਤਿਆਰ ਕਰਕੇ ਰੱਖੇ ਬਾਈ ਨੇ, ਪਹਿਲਾਂ ਛੱਡਣ ਵਾਲੇ ਪੀਸ ਲਾਉਣੇ ਆ, ਉਹ ਤੋਂ ਬਾਅਦ ਲਾਉਂਗੇ ਸਟੈਪ ਜਿਹੇ, ਫਿਰ ਇਹ ਇੱਕ ਬੋਰਡ ਨਾਲ ਕੱਢਦੇ ਟੱਕ ਜਿਹੜਾ ਇੱਧਰ ਲੱਗਣਾ ਦਾ, ਆਹ ਵਾਲਾ ਬੋਰਡ ਪਰਾਂ ਨਹੀਂ ਸਾਈਡ ਦਾ ਪੱਕਾ ਨਹੀਂ ਕਰਿਆ, ਟੱਕੇ ਕੱਢੇ ਬਸ ਇਹਦੇ ਪੱਕਾ, ਇਹਨੂੰ ਬਾਅਦ 'ਚ ਕਰੂੰਗਾ, ਇੱਕ ਇਹ ਨਾ ਉਹ ਘੁੰਮਣਾ ਫਿਰਕੀ ਨਾਲ, ਇਹਦਾ ਹਮਾਨੀ ਬਣੀ ਆ ਸੀ ਮੜੀ ਜਿਹੜੀ ਵੈਲਡਿੰਗ ਕਰੀ ਹੋਈ ਨਾ ਉਹਦੇ ਉੱਪਰ, ਉਹ ਵਿੱਚ ਫਸਦੀ ਆ ਉਹ, ਫਿਰਕੀ ਮਾਰ ਗਿਆ ਉਹਨੂੰ ਟਿੱਪਰ ਵਾਲਾ ਬਿੱਟ, ਉਹਦੇ ਬਾਅਦ ਪੱਕਾ ਕਰੂੰਗਾ, ਟੀਕ ਪਲਾਈ ਵੀ ਵੱਢ ਲਈ ਆਪਾਂ ਨੇ, ਨਿਸ਼ਾਨ ਲਾ ਲਏ, ਇਹਨੂੰ ਟੱਕ ਪਹਿਲਾਂ ਦੇ ਦਿੰਦੇ ਹਾਂ ਕਿਉਂਕਿ ਬਾਅਦ 'ਚੋਂ ਟੱਕ ਨਹੀਂ ਨਾ ਦੇ ਹੋਣੇ, ਉਹ ਟੱਕ ਜ਼ਿਆਦਾ ਦਿੱਤੇ ਵੇ ਆ, ਅਤੇ ਆਪਾਂ ਨੇ ਨਿਸ਼ਾਨ ਲਾ ਲਏ ਜਿਹਨੇ ਇਹਨੇ ਟੱਕ ਦੇ ਹੋਣੇ ਆ, ਜਿਹੜੇ ਪਿੰਸਲ ਵਾਲੇ ਨਿਸ਼ਾਨ ਲਾਏ ਵੇ ਆ, ਇਹਨੂੰ ਟੱਕ ਦੇ ਕੇ ਪਹਿਲਾਂ ਰੱਖ ਦੇਣੇ, ਪਰਾਂ ਵਾਲਾ ਬੋਰਡ ਕੱਢ ਕੇ ਉਹਨੂੰ ਟੱਕ ਪਹਿਲਾਂ ਦੇਣੇ ਟੀਕ ਪਲਾਈ ਨੂੰ, ਉਹਦੇ ਬਾਅਦ ਪੱਕੀ ਕਰੂੰਗੇ ਇਹਨੂੰ।
ਚਲੋ ਬਾਕੀ ਚਾਹ ਗਈ ਵੀ ਚਾਹ ਪੀਂਦੇ ਆ, ਉਹ ਤੋਂ ਬਾਅਦ ਕਰਦੇ ਕੰਮ ਇਹਦਾ। ਲੈ ਫੜ ਦੇਖ ਫਿਰ ਇੱਧਰ ਤੇਰੀ ਵੀਡੀਓ ਬਣਾ ਇੱਧਰ ਦੇਖ। ਡਬਲ ਚਾਹ ਕੇ ਦੋ ਤੋਂ ਕੱਪ ਸਮਾਈਲ ਕਰ ਦੇਵੇ ਵਧੀਆ ਜੀ। ਕਿਆ ਲਾਈਕ ਸ਼ੇਅਰ ਕਮੈਂਟ ਕਰ ਦਿਓ। ਸਮੋਸਾ ਲਿਆਉਂਗੇ ਸ਼ਾਮ ਨੂੰ। ਇੱਕ ਪਲਾਈ ਨੂੰ ਤਾਂ ਦੇ ਦਿੱਤੇ ਟੱਕ, ਅਤੇ ਇਹਦੇ ਦੂਜੇ ਪਲਾਈ ਨੂੰ ਨਿਸ਼ਾਨ ਲਾਉਂਦੇ ਆ। ਕਿਹਦੀ ਪਲਾਈ? ਉਹ ਪੇਪਰ ਇਹਨੂੰ ਵੀ ਕੱਢਦੇ ਟੱਕ ਟੁੱਕ ਜਿਹਾ, ਇਹਨਾਂ ਟੱਕ ਕੱਢ ਕੇ ਉਹਦੇ ਬਾਅਦ ਜਿਹੜੇ ਬੋਰਡ ਆਪਣੇ ਇਹਨੂੰ ਫਿਰਕੀ ਜਿਹੀ ਮਾਰ ਕੇ ਨਾ ਉਹ ਤੋਂ ਬਾਅਦ ਪੱਕੇ ਕਰ ਦੇਣੇ ਬਸ। ਇਹ ਪਲਾਈਆਂ ਤੋਂ ਬਾਅਦ 'ਚ ਰੱਖਣੀਆਂ ਤਾਂ ਨਿਸ਼ਾਨ ਆਪਾਂ ਨੇ ਤਾਂ ਲਾ ਲਏ, ਬਾਅਦ 'ਚ ਦਿੱਕਤ ਹੋਣੀ ਫਿਰ ਨਿਸ਼ਾਨ ਲਾਉਣੇ ਨੂੰ, ਤਾਂ ਕਰਕੇ ਇਹਨੂੰ ਪਹਿਲਾਂ ਹੀ ਟੱਕ ਕੱਢ ਕੇ ਰੱਖਦੇ ਆਪਾਂ ਨੇ। ਅਤੇ ਸਾਰਾ ਪੱਟਣਾ ਪੈਣਾ ਆਪਾਂ ਨੂੰ ਹੈ ਨਾ, ਤਾਂ ਹੀ ਬੋਰਡ ਵੱਜਣੇ ਕੰਧ ਪਰ। ਖਿੱਚਦੇ ਆਪਾਂ ਨੂੰ ਪੜ੍ਹਦੇ ਹੋਏ ਅਸੀਂ ਗੁੰਦੀਆ ਵੀ ਲਾ ਲਿਆ ਇਹਨੂੰ, ਅਤੇ ਪੇਜ ਛੋਟੇ ਪੇਜ ਚੇਂਜ ਕਰਨੇ ਪੈਣੇ ਆ। ਵਿੱਕੀ ਪੇਜਾਂ ਹੁਣ ਦੇਖਦੇ ਉੱਪਰੋਂ ਪੇਜ ਲੱਗਦੇ ਨਹੀਂ ਹੈਗੇ, ਫਰੀ ਘੁੰਮੀ ਜਾਂਦਾ ਪੇਜ ਵਿੱਚ ਹੀ ਦੇ। ਮੈਂ ਕਿਹਾ ਲਿਆ ਦੋ ਚਾਰ ਪੇਜ ਲਾ ਦਿੰਦੇ ਆ, ਆਉਣ ਲੰਚ ਟਾਈਮ ਵੀ ਆਉਣੇ ਵਾਲਾ, ਅਤੇ ਇਹਨੂੰ ਗੁੰਦੀਆ ਵੀ ਲਾਤਾ ਵਾ। ਪਰ ਆਉਣਾ ਬਾਅਦ 'ਚ ਲਾ ਦੂੰਗੇ। ਇੱਕ ਬੋਰਡ ਤਾਂ ਲਾਤਾ ਆਪਾਂ ਨੇ, ਪਹਿਲਾਂ ਪੇਜ ਛੋਟੇ ਮਿਲ ਗਏ ਅਤੇ ਹੁਣ ਪੇਜ ਬੜੇ ਆ, ਦੇਖੋ ਕਿੰਨੇ ਬਾਹਰ ਨਿਕਲ ਗਏ। ਇਹ ਵੱਢਣੇ ਪੈਣੇ ਪੇਜ, ਇਹਦੇ ਸਾਈਜ਼ ਦੇ ਲਿਆਉਣੇ ਪੈਣੇ ਪੇਜ, ਬਾਅਦ 'ਚ ਮੰਗਾਉਂਗੇ ਬਾਈ ਦੇ। ਬਾਕੀ ਲੰਚ ਟਾਈਮ ਹੋ ਗਿਆ, ਹੁਣ ਰੋਟੀ ਖਾਂਦੇ ਆ, ਉਹ ਤੋਂ ਬਾਅਦ ਦੇਖਦੇ ਫਿਰ ਕਿਆ ਕਰਨਾ। ਉਹਨੂੰ ਗੂੰਦ ਲਿਆ ਪਤਾ ਨਾ, ਤਾਂ ਕਰਕੇ ਬੜੇ ਪੇਜ ਧੱਕ ਦੇ ਦਿੱਤੇ। ਬਾਅਦ 'ਚ ਲਾਉਂਗੇ ਜਦੋਂ ਪੇਜ ਆਉਂਗੇ ਨਾ, ਦੇਖ ਕੇ ਲਾਉਂਗੇ, ਪਹਿਲਾਂ ਨਹੀਂ ਲਾਉਣੇ ਹੈਗੇ। ਹਾਂ ਐਡਜਸਟਮੈਂਟ ਹੁੰਦੀ ਇਹਦੇ ਉੱਪਰ, ਹਾਂ ਉਸ ਹਿਸਾਬ ਨਾਲ ਕਰ ਦਿੰਦੇ ਆ। ਵਿੱਕੀ ਬਾਦਸ਼ਾਹ ਲਿਫਟ ਮੇ ਜਾਤਾ ਹੁਆ, ਪਹਿਲੇ ਖੋਲਦਾ ਹੈ। ਫੋਟੋ ਨਹੀਂ ਦੇਖ ਆਉਂਦੀ ਨਾ ਫੋਟੋ, ਤੂੰ ਮੂਰੇ ਕਹਿੰਦਾ ਖੜਾ ਤਾਂ ਹੀ ਦੇਖਾ ਲਿਫਟ ਕਹਿੰਦਾ ਜਲਦੀ ਹੈਗੀ। ਕਿੰਨੀ ਹਾਈਟ ਆ ਨਾ, ਚਲੋ ਬਈ ਰੋਟੀ ਖਾ ਲਈ ਆਪਾਂ ਨੇ, ਅਤੇ ਬਾਕੀ ਹੁਣ ਕਰਦੇ ਆ ਪੌੜੀ ਦਾ ਕੰਮ ਜਿਹੜਾ ਰਹਿ ਗਿਆ ਵਾ, ਉਹ ਪੇਜ ਲਿਆਉਂਦੇ ਬਾਈ ਨੇ, ਫਿਰ ਕਹਿਣਾ ਪੈਣਾ ਉਹਨੂੰ ਫੋਨ ਕਰਨਾ ਪੈਣਾ। ਪੌੜੀ ਦਾ ਵੀ ਵਿੱਕੀ ਬੈਠਾ, ਫਿਰ ਪੌੜੀ ਦਾ ਵੀ ਬਾਈ ਵਿੱਕੀ ਬੈਠਾ। ਕਿੰਨਾ ਇਹਨਾਂ ਨੇ ਪਹਿਲਾਂ ਐਂਗਲ ਖੜੇ ਕਰਕੇ ਸਟੈਪ ਜੀ ਬਾਅਦ ਚ ਲਏ ਆ, ਪਹਿਲਾਂ ਹੀ ਲੈ ਲਿਆ ਇਹਨਾਂ ਨੇ।
ਵਿੱਚ ਬੋਰਡ ਕੱਢੀ ਮਾੜਾ ਜਿਹਾ ਬਾਹਰ। ਇੱਕ ਤਾਂ ਵਾਲਾ ਫਸਦਾ ਯਾਰ, ਇੱਕ ਉਹ ਸਭ ਤੋਂ ਉੱਪਰ ਵਾਲਾ, ਇਹਨੂੰ ਕੱਢੂਗੇ ਆਪਾਂ ਥੱਲੇ ਨੂੰ ਆ ਜਾਣਾ ਪਿੱਛੇ ਨੂੰ, ਅੱਗੇ ਨੂੰ ਕੱਢਣਾ ਫਿਰ ਇੱਧਰ ਇਹਨੇ ਕੱਢ ਨਹੀਂ ਜਾਣਾ, ਆਹ ਨਹੀਂ ਕੱਢ ਜਾਣਾ। ਹਾਂ ਹਾਂ, ਇੱਕ ਸਿਰੇ ਵਾਲਾ ਮੁੱਲਾ ਦੀ ਸਿਰੇ ਵਾਲਾ ਦੇਖੀ, ਅਪਰ 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 ਫਸ ਗਿਆ, ਖੜਿਆ ਖੜਿਆ ਖੜਿਆ। ਹਾਂ ਪੀਸ ਫਸਦਾ ਇੱਕ, ਇਹ ਤਾਂ ਹੋ ਜਾਣਾ ਅਪਰ ਨੂੰ। ਠੀਕ ਆ, ਚੱਕੋ ਆਪਾਂ ਨੂੰ ਠੀਕ ਆ ਨਾ ਸੈੱਟ ਹੋਣ ਦਾ, ਉਹ ਉੱਪਰ ਵੀ ਠੀਕ ਆ ਨਾ, ਬੜਤੀ ਚੁੰਝੀ ਜਿਵੇਂ ਉੱਪਰ 'ਤੇ। ਹਾਂ ਹੁਣ ਸਿੱਧਾ ਐਂ ਪੀਸ ਘੁੰਮ ਜੂੰਗਾ ਨਾ ਉੱਪਰ 'ਤੇ, ਥੱਲੇ ਵਾਲਾ ਅਲੱਗ ਘੁੰਮ ਜਾਣਾ, ਉੱਪਰ ਵਾਲਾ ਅਲੱਗ ਘੁੰਮ ਜਾਣਾ, ਠੀਕ ਨਹੀਂ। ਕੱਢਦੀ ਪਹਿਲਾਂ ਇਹਦੀ, ਵੜਦੀ ਪਹਿਲਾਂ ਹੀ ਕੱਢ ਲਾ, ਇਹਨੂੰ ਨਾਲੇ ਕੱਢ ਲਾ, ਟੱਕ ਦਈਏ ਨਿਸ਼ਾਨ ਲਾ ਕੇ। ਅਪਰ ਵਾਲਾ ਪੀਸ ਕੱਢ ਲਿਆ, ਨਿਸ਼ਾਨ ਲਾਣੇ ਭੁੱਲ ਗਏ, ਨਿਸ਼ਾਨ ਵੀ ਲੱਗਣੇ ਨਾ, ਜਿੱਦਾਂ ਹਮਲੇ ਨਿਸ਼ਾਨ ਲਾਏ ਹੋਏ ਨਾ, ਇੱਥੇ ਤੱਕ ਸਾਡੀ ਟੀਕ ਪਲਾਈ ਜਾਣੀ ਆ, ਕਿਉਂਕਿ ਆਹ ਟੱਕ ਸਾਡੇ ਜ਼ਿਆਦਾ ਦੇ ਹੋਏ ਦੇ, ਟੀਕ ਪਲਾਈ ਨੂੰ ਇੰਨੇ ਟੱਕ ਨਹੀਂ ਨਾ ਦੇ ਹੋਣੇ ਹੈਗੇ, ਤਾਂ ਕਰਕੇ ਨਿਸ਼ਾਨ ਲਾਏ ਦੇ ਆਹ ਵਾਲੇ, ਇਹਨੂੰ ਵੀ ਨਿਸ਼ਾਨ ਲਾਉਂਗੇ ਇੱਦਾਂ ਹੀ, ਉਹ ਤੋਂ ਬਾਅਦ ਕੱਢ ਕੇ ਇਹਨੂੰ ਟੀਕ ਪਲਾਈ ਦਾ ਨਿਸ਼ਾਨ ਲਾ ਕੇ ਟੱਕ ਦੇ ਦੇਣੇ ਇਹਨੂੰ, ਟੀਕ ਪਲਾਈ ਨੂੰ, ਉਹ ਤੋਂ ਬਾਅਦ ਆਹ ਪੀਸ ਕੱਢ ਦੇਣਾ, ਇਹਨੂੰ ਟੱਕ ਟੁੱਕ ਦੇ ਦੇਣੇ ਇਹਦੇ ਨਾਲ ਦੀ ਟੀਕ ਪਲਾਈ ਜਿਹੜੀ, ਉਹਦੇ ਬਾਅਦ ਪੱਕੇ ਕਰ ਦੇਣਾ ਇਹ। ਹਾਂ ਫਿਕਸ ਹੋ ਗਏ, ਇਹਦੀ ਟੀਕ ਪਲਾਈ ਲੱਗਣੀ, ਇੱਧਰ ਤਾਂ ਬੰਦ ਹੋਣਾ ਇਹ, ਉਹਦੇ ਬਾਅਦ ਇਹਦੇ ਸਟੈਪ ਜਿਹੇ ਬਣਾ ਕੇ ਰੱਖੇ ਬਾਈ ਰਾਣਾ ਥੱਲੇ, ਉਹ ਲੱਗਣੇ ਆ ਥੱਲੇ ਦੇ ਬੰਦ ਹੋਣਾ, ਸਾਰਾ ਉੱਪਰ ਦੇ ਬੇਸ ਬਣਨਾ ਇਹਦਾ, ਇੱਧਰ ਸ਼ੀਸ਼ਾ ਪੈਣਾ, ਇੱਧਰ ਨਹੀਂ ਪੈਣਾ ਸ਼ੀਸ਼ਾ, ਇੱਧਰ ਪੈਣਾ ਆ, ਇੱਕ ਉਹ ਪਰਾਂ ਨਹੀਂ ਸਾਈਡ ਪਾਉਂਗਾ, ਲੱਗ ਨਹੀਂ ਆ ਮਾਸਟਰ ਵੀ ਲੱਗ ਰਹੇ ਹਾਂ ਪਰ। ਇਹਨੂੰ ਵੀ ਪਲਾਈ ਨੂੰ ਥੱਲੇ ਇਹਨਾਂ ਜੋੜੇ ਲਾ ਦੀ, ਵਾਲਾ ਪੀਸ ਆ ਜਿਹੜੀ ਦੀ ਪਲਾਈ ਆ, ਉਹ ਨਿਸ਼ਾਨ ਲਾ ਕੇ ਰੱਖਤੇ, ਟੱਕੇ ਨੂੰ ਸਵੇਰ ਨੂੰ ਕੱਢੂਗੇ।
ਤੇ ਬਾਕੀ ਹੁਣ ਇਹਨੂੰ ਫਿਕਸ ਕਰ ਦੂੰਗੇ। ਜਿਹੜਾ ਉੱਪਰ ਵਾਲਾ ਪੀਸਦਾ ਦੂਆ ਪਰਾਂ ਵਾਲਾ ਉਹਨੂੰ ਖੋਲ ਲੈਂਦੇ ਆ ਅਤੇ ਆਹ ਵਾਲੀ ਪਲਾਈ ਨੂੰ ਨਿਸ਼ਾਨ ਲਾ ਲੈਂਦੇ ਆ, ਨਿਸ਼ਾਨ ਨਿਸ਼ੂਨ ਲਾ ਕੇ ਇਹਨੂੰ ਰੱਖ ਦਿੰਦੇ ਸਾਈਡ ਪਰ, ਟਾਕੀਆਂ ਵੀ ਸਵੇਰ ਨੂੰ ਕੱਢ ਦੂੰਗੇ ਅਤੇ ਪੱਕੇ ਹੋ ਜੂੰਗੇ ਨਾ ਉਹ ਵਾਲੇ ਪੀਸ ਆਪਣੇ। ਵਧੀਆ ਲੱਗਦਾ ਨਾ, ਚੱਲ ਕੋਈ ਨਹੀਂ ਸਰਾਕ ਮਾਰ ਤੂੰ, ਸੇਵੇਂ ਮਾਰਦਾ ਜਿੱਦਾਂ ਇਹਨੂੰ ਮਾਰਿਆ। ਦੇਖੀ ਦੂਈ ਦੂਈ ਘਰ ਨਾ ਘੁਮਾਇਆ ਕਰ, ਜਦ ਸਿਰੇ ਲੱਗ ਗਿਆ ਨਾ ਪੇਜ ਫਿਰ ਛੱਡ ਦੇ ਕਰ ਉੱਥੇ, ਨਾਲੇ ਘੁਮਾਉਣਾ ਨਹੀਂ ਤੈਨੂੰ, ਨਾਲੇ ਪਹਿਲਾਂ ਹੱਥ ਭੰਨ ਹੋਇਆ ਤੇਰਾ, ਆ ਪੇਜ ਨਾ ਗਿਰ ਤੂੰ ਪੇਜ ਚੱਕਲਾ, ਇੱਦਾਂ 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 ਰੱਖ ਗਿਰ ਜਾਣਾ ਵਿੱਚ ਨੂੰ, ਖੂੰਜੇ ਰੱਖ ਉਹ ਖੂੰਜੇ ਰੱਖ, ਇੱਦਾਂ ਖੂੰਜੇ 'ਚ ਰੱਖ ਦੇ ਵਿੱਚ ਨੂੰ ਆ ਕੇ। ਹਾਂ ਨਵੀਂ ਜਗ੍ਹਾ ਮਾਰ ਦੀ, ਬਾਕੀ ਭਰ ਲਾ ਥੱਲੇ ਵਾਲੇ, ਜਿਹੜੇ ਥੱਲੇ ਵਾਲੇ ਆ ਲਾਟਾ ਬਣ ਗਿਆ ਬਾਈ, ਉੱਧਰ ਉਹਦਾ ਰੰਗ ਕਾਲਾ ਮਾੜਾ ਜਿਹਾ ਦਿਖਦਾ ਨਹੀਂ ਹੁੰਦਾ। ਇਸਦੇ ਵੀ ਪਿੱਲਰ ਤੋੜਦੀ ਹੈ, ਇਹਦਾ ਐਂਟਰੀ ਕਾ ਬਣੇਗਾ ਸਿਸਟਮ, ਇਹ ਹਮਾਰਾ ਮਿੱਤਰ ਹੈ। ਲਓ ਬਈ ਆ ਚਾਰੇ ਪੈਸਾ ਹੋ ਗਿਆ ਆਪਣੇ, ਬਾਕੀ ਜਿਹੜਾ ਕੰਮ ਰਹਿ ਗਿਆ ਉਹ ਕੱਲ੍ਹ ਨੂੰ ਦੇਖੂੰਗੇ, ਉਹ ਟਿਊਬਲਾਈਟ ਟੱਕ ਦੇਣੇ ਰਹਿ ਗਏ ਅਤੇ ਬਾਕੀ ਉੱਪਰ ਵਾਲੇ ਪੀਸ ਰਹਿ ਗਏ ਲੱਗਣੇ ਨੇ, ਇੱਧਰ ਸਾਈਡ ਪਰ ਰਹਿ ਗਏ ਅਤੇ ਉੱਪਰ ਵਾਲੀ ਸਾਈਡ 'ਤੇ ਲੱਗਣੇ ਆ। ਕੋਟ ਚੱਕ ਲਿਆ ਉੱਪਰ ਦੇ, ਉਹ ਬੋਰਡ ਦੀ ਤਾਰ ਤਾਂ ਕੱਢੀ ਨਹੀਂ, ਚੱਲ ਠੀਕ ਆ ਬਾਕੀ ਹੁਣ ਛੁੱਟੀ ਦਾ ਟਾਈਮ ਹੋ ਗਿਆ ਵਾ, ਚੱਲੇ ਆਪਾਂ ਬਾਕੀ ਕੱਲ੍ਹ ਨੂੰ ਦੇਖਦੇ ਆ। ਫਿਰ ਰੋਡ ਦੇਖੋ ਸਾਰਾ ਕਿੱਲਾ ਕਰਿਆ ਵਾ, ਪਹਿਲਾਂ ਜਾਂ ਤਾਂ ਕੱਚੀ ਸੜਕ ਹੁੰਦੀ ਸੀ ਜਦ ਕੋਈ ਪਾਣੀ ਨਹੀਂ ਤਾਂ ਛਿੜਕਦਾ ਹੈਗਾ, ਹੁਣ ਰੋਡ ਵੀ ਪੱਕਾ ਹੋ ਗਿਆ, ਸੜਕ ਵੀ ਸਾਰੀ ਗਿੱਲੀ ਗਈ ਪਈ ਆ, ਹੋਰ ਹੁਣ ਪੱਕੀ ਵੀਰੇ ਪਾਣੀ ਸੜਿਆ ਵਾ, ਚਿਕੜੋ ਚਿਕੜੀ ਹੋਇਆ ਵਾ ਕੰਮ, ਉਰੇ ਜ਼ਿਆਦਾ ਕਿਸੇ ਨੇ ਗਾਲਾਂ ਗੁਲਾਂ ਕੱਢੀਆਂ ਹੋਣੀਆਂ ਇਹਨਾਂ ਨੇ ਕ੍ਰੈਸਰ ਵਾਲਿਆਂ ਨੇ, ਟਾਈਮ ਪਾਣੀ ਛਿੜਕਿਆ ਵਾਲਾ ਨਾ, ਨਹੀਂ ਕਿਤੇ ਛਿੜਕਦੇ ਧੂੜ ਅੜਾਈ ਜਾਂਦੇ ਨੇ ਜੀ ਵੀਰੇ ਗੱਡੀਆਂ ਗੁੱਡੀਆਂ ਵਾਲੇ, ਟਰੈਕਟਰ ਵਾਲੇ ਜਾਂਦੇ ਆ ਨਾ ਸਾਰਿਆਂ ਨੂੰ ਬੁਰਾ ਹਾਲ ਕਰਾਉਂਦਾ ਇਹਨਾਂ ਨੇ। ਕਿੱਥੇ ਚੱਲਿਆ ਟੋਰ ਕੱਢ ਕੇ ਤੂੰ, ਹੈਂ ਓਏ ਏ ਦਾਦਾ ਦੇ ਦੇ ਮਫਲਰ, ਵਧੀਆ ਲੱਗਦਾ ਜਾਂਦਾ ਰਿਹਾ ਮੈਨੂੰ, ਓ ਹੈਡ ਕੋਟ ਦੇ ਦੇ, ਉਹ ਇਹ ਚਾਹੀਦੇ ਮੈਨੂੰ, ਵੀਡੀਓ ਐਡਿਟ ਕਰਨੀ ਮੈਂ ਜੀ, ਚਾਂਸ ਰੋਸ਼ਨ ਚਿਹਰਾ ਦਾੜੀ ਕਾ ਰੰਗ ਸੁਨਹਿਰਾ।
ਰਹੀ।